ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਦਾ ਲੈਕਚਰ ਦਾ ਵਿਸ਼ਾ ਹੈ ਜੱਤ। ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਜੱਤ ਪਹਾਰਾ ਧੀਰੇ ਸੁਨਿਆਰ। ਸੋ ਜਪਜੀ ਸਾਹਿਬ ਵਿੱਚ ਜੱਤ ਪਹਾਰਾ ਵਾਲੀ ਪੌੜੀ ਵਿੱਚ ਸਾਰੇ ਗੁਰਸਿੱਖਾਂ ਨੂੰ ਜੱਤ ਧਾਰਨ ਕਰਨ ਵਾਸਤੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਜੱਤ ਤੋਂ ਮੁਰਾਦ ਹੈ ਕਿ ਆਪਣੀਆਂ ਪੰਜ ਗਿਆਨ ਇੰਦਰੀਆਂ ਅਤੇ ਪੰਜ ਕਰਮ ਇੰਦਰੀਆਂ ਨੂੰ ਕਾਬੂ ਵਿੱਚ ਰੱਖ ਕੇ ਮਨ ਅਤੇ ਤਨ ਨੂੰ ਵਿਕਾਰਾਂ ਤੋਂ ਬਚਾਇਆ ਜਾ ਸਕੇ। ਗਿਆਨ ਇੰਦਰੀਆਂ ਹਨ ਅੱਖਾਂ, ਕੰਨ, ਨਾਸਾਂ, ਰਸਨਾ, ਚਮੜੀ, ਅਤੇ ਪੰਜ ਕਰਮ ਇੰਦਰੀਆਂ ਹਨ ਹੱਥ, ਪੈਰ, ਮੂੰਹ, ਲਿੰਗ ਤੇ ਗੁਦਾ। ਪੰਜ ਮਹਾਂਬਲੀ ਵਿਕਾਰ ਹਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਭਜਾਈ ਰੱਖਦੇ ਹਨ। ਜਗਿਆਸੂ ਮਨੁੱਖ ਨੇ ਆਪਣੇ ਮਨ ਤਨ ਨੂੰ ਵਿਕਾਰਾਂ ਤੋਂ ਬਚਾਉਣਾ ਹੈ ਅਤੇ ਪੰਜ ਮਹਾਂਬਲੀਆਂ ਤੇ ਸਵਾਰੀ ਕਰਨ ਦੀ ਕੋਸ਼ਿਸ਼ ਵਿੱਚ ਰਹਿਣਾ ਹੈ, ਕੋਸ਼ਿਸ਼ ਵਿੱਚ ਹਰ ਵਕਤ ਰਹਿਣਾ ਹੈ। ਇਸ ਸੰਬੰਧ ਵਿੱਚ ਦਾਸ ਗੁਰਬਾਣੀ ਵਿੱਚੋਂ ਦੋ ਫਰਮਾਨ ਆਪ ਜੀ ਨਾਲ ਸਾਂਝੇ ਕਰ ਰਿਹਾ ਹੈ, ਜਿਨ੍ਹਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਫਰਮਾਨ ਹਨ, ਪੰਚ ਮਨਾਏ ਪੰਚ ਰਸਾਏ। ਗੁਰਮੁਖ ਨੇ ਆਪਣੇ ਸਰੀਰ ਨਗਰ ਵਿੱਚ ਪੰਜ ਗੁਣ ਸਤ, ਸੰਤੋਖ, ਦਇਆ, ਧਰਮ ਤੇ ਧੀਰਜ ਪ੍ਰਫੁੱਲਿਤ ਕਰ ਲਏ ਤੇ ਪੰਜ ਔਗਣ ਕਾਮ ਆਦਿਕ ਨਾਰਾਜ਼ ਕਰ ਲਏ, ਮਤਲਬ ਕੱਢ ਦਿੱਤੇ। ਪੰਚ ਵਸਾਏ ਪੰਚ ਗਵਾਏ, ਪੰਚ ਗੁਣ ਸਤ, ਸੰਤੋਖ ਆਦਿਕ ਆਪਣੇ ਸਰੀਰ ਨਗਰ ਵਿੱਚ ਵਸਾ ਲੈ ਤੇ ਪੰਜ ਔਗਣ ਕਾਮ ਆਦਿਕ ਆਪਣੇ ਸਰੀਰ ਵਿੱਚੋਂ ਕੱਢ ਦਿੱਤੇ। ਇਨ ਬਿਧ ਨਗਰ ਉੱਠਾ ਮੇਰੇ ਭਾਈ, ਇਹ ਮੇਰੇ ਵੀਰ, ਇਸ ਤਰੀਕੇ ਨਾਲ ਉਸ ਗੁਰਮੁਖ ਦਾ ਸਰੀਰ ਨਗਰ ਵਸ ਪਿਆ। ਦੂਸਰਾ ਫਰਮਾਨ, ਦਸ ਇੰਦਰੀ ਕਰ ਰੱਖ ਹੈ ਵਾਸ, ਦਸਾਂ ਇੰਦਰੀਆਂ ਨੂੰ ਆਪਣੇ ਵਿੱਚ ਕਾਬੂ ਕਰਕੇ ਰੱਖਦਾ ਹੈ ਤਾਂ ਕਿ ਆਤਮੇ ਹੋਏ ਪ੍ਰਗਾਸ ਉਸਦੇ ਅੰਦਰ ਆਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ। ਅਗਲੇ ਗੁਰਬਾਣੀ ਦੇ ਫਰਮਾਨ ਤੋਂ ਇਹ ਸੱਚਾਈ ਸਾਹਮਣੇ ਆਉਂਦੀ ਹੈ ਕਿ ਇਹਨਾਂ ਪੰਜਾਂ ਮਹਾਂਬਲੀਆਂ ਨੂੰ ਕਾਬੂ ਕਰਨਾ ਬਹੁਤ ਕਠਿਨ ਕੰਮ ਹੈ। ਫਰਮਾਨ ਹੈ, ਚਾਰ ਵਰਣ ਚੌਹਾਂ ਕੇ ਮਰਦਨ ਖੜ ਦਰਸ਼ਨ ਕਰ ਤਲੀ ਰੇ, ਕਾਮ ਆਦਿਕ ਮਹਾਂਦੋਸ਼। ਇਹਨਾਂ ਚੌਂ ਵਰਨਾ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਦੇ ਬੰਦਿਆਂ ਨੂੰ ਮਲ ਦੇਣ ਵਾਲੇ ਹਨ। ਛੇ ਭੇਖਾਂ ਦੇ ਸਾਧੂਆਂ ਨੂੰ ਪੀ ਇਹ ਹੱਥਾਂ ਦੀਆਂ ਤਲੀਆਂ ਤੇ ਨਚਾਉਂਦੇ ਹਨ। ਛੇ ਭੇਖਾਂ ਦੇ ਸਾਧੂਆਂ ਨੂੰ ਪੀ ਇਹ ਹੱਥਾਂ ਦੀਆਂ ਤਲੀਆਂ ਤੇ ਨਚਾਉਂਦੇ ਹਨ। ਸੁੰਦਰ ਸੁਗਰ ਸਰੂਪ ਸਿਆਣੇ ਪੰਚੋਂ ਹੀ ਮੈਂ ਛਲੀ ਰਹੇ, ਸੁੰਦਰ ਸੁਨੱਖੇ ਬਾਂਕੇ ਸਿਆਣੇ ਕੋਈ ਵੀ ਹੋਣ, ਕਾਮਾਂ ਦੇ ਪੰਜਾਂ ਦੋਸ਼ਾਂ ਨੇ ਸਭਨਾਂ ਨੂੰ ਮੋਹ ਕੇ ਛਲ ਲਿਆ ਹੈ। ਜਿਨ ਮਿਲ ਮਾਰੇ ਪੰਜ ਸੂਰ ਵੀਰ,
ऐसो कौन बलि रे, कौन ऐसा बलवान मनुख है जिसने गुरु नु मिलके काम आदिक पंजा सूरमिया नु मार लिया हुए। जिन पंच मार बिदार गुदारे सो पूरा ए कली रे रहाओ, जो पंजा नु हरा ते मार के अपना जीवन गुजारदा है उस काले समय अंदर पूर्ण है, पूर्ण संत है ठहराओ। वड्डी कौम बस भागे नाही मोहकम फौज हठली रे, उन्हां दी भारी कौम है ते पंजा दी जो काबू नहीं कीती जा सकती, कहते ना ही ये भजदी है, उन्हां दी मजबूत ते हठ वाली सेना है। कहो नानक तिन जन निर्दलिया साध संगत कह चली रे, आख नानक इन्हां नूं केवल उस मनुख ने लताड़िया है जिहड़ा साध संगत दे आसे ते रहिंदा है। विहारक तौर ते बेनती करनी उचित होवेगी कि पंजां महाबलियां तों बचण वास्ते सुचेत रहिंदिया होइआं वी गलतियां हो जांदियां हन। जिज्ञासु दे मन विच पछतावा तां आवेगा ही, परंतु मन नूं त्रास देण वास्ते सतगुरु साहिब जी दे चरणां विच खिमा वास्ते अरदास करनी है ਅਤੇ ਮਨ ਵਿੱਚ ਨਿਸ਼ਚਾ ਕਰਨਾ ਹੈ ਕਿ ਸਤਿਗੁਰ ਜੀ ਬਖਸ਼ਣਹਾਰ ਹਨ ਅਤੇ ਔਗਣਾਂ ਨੂੰ ਚਿਤਾਰਦੇ ਨਹੀਂ ਹਨ, ਉਹ ਸਾਡੇ ਮਾਤਾ ਪਿਤਾ ਹਨ। ਫਰਮਾਨ ਹੈ ਸੁਤ ਅਪਰਾਧ ਕਰਤ ਹੈ ਜੇਤੇ, ਪੁੱਤਰ ਭਾਵੇਂ ਕਿੰਨੇ ਹੀ ਅਪਰਾਧ ਕਰ ਲਵੇ जननी चीत न राखस तेते, उसकी माता पुत्र दे कीते अपराधा नू अपने चित विच नहीं रखती। इन्हां पंजां दोषां नू काबू करन वास्ते बुद्धि तो काम लेना है, परंतु ये भी मन विच समझ लेना है इन्हां पंजां दोषां नू केवल बुद्धि राही काबू नहीं कीता जा सकता। ਪੰਜਾਂ ਦੋਸ਼ਾਂ ਦੀ ਜ਼ਹਿਰ ਨੂੰ ਮਾਰਨ ਵਾਸਤੇ ਗੁਰਬਾਣੀ ਤੋਂ ਪਵਿੱਤਰ ਨਾਮ ਦਾ ਆਸਰਾ ਲੈਣਾ ਪੈਂਦਾ ਹੈ। ਇਹਨਾਂ ਪੰਜਾਂ ਦੋਸ਼ਾਂ ਨੂੰ ਗੁਰਬਾਣੀ ਅਤੇ ਪਵਿੱਤਰ ਨਾਮ ਰਾਹੀਂ ਧੋਇਆ ਜਾ ਸਕਦਾ ਹੈ, ਅਤੇ ਇਸ ਵਾਸਤੇ ਨਾਮ ਗੁਰਬਾਣੀ ਦੀ ਭਗਤੀ ਵਿੱਚ ਨਿਰੰਤਰ ਜੁਟੇ ਰਹਿਣਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਵਿੱਚ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਕਿ ਜਦੋਂ ਭਗਤੀ ਰਾਹੀਂ ਪੰਜ ਅਨਾਹਦ ਸ਼ਬਦਾਂ ਦੀ ਪ੍ਰਾਪਤੀ ਹੋ ਜਾਏਗੀ ਉਦੋਂ ਪੰਜੇ ਦੋਸ਼ ਵਸ ਵਿੱਚ ਆ ਜਾਣਗੇ। ਸਤਿਗੁਰੂ ਜੀ ਦਾ ਫਰਮਾਨ ਹੈ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗਾ, ਭਾਗਾਂ ਵਾਲੇ ਹਿਰਦੇ ਚ ਪੰਜ ਅਨਾਦ ਸ਼ਬਦ ਵੱਜ ਪੈਂਦੇ ਹਨ। ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਜਿਸਦੇ ਹਿਰਦੇ ਘਰ ਵਿੱਚ ਹੇ ਪ੍ਰਭੂ ਤੂੰ ਸਤਿਆ ਪਾਈ ਹੈ, ਉਸ ਭਾਗਾਂ ਵਾਲੇ ਹਿਰਦੇ ਘਰ ਵਿੱਚ ਪੰਜੇ ਸ਼ਬਦ ਵੱਜ ਜਾਂਦੇ ਹਨ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਪ੍ਰਭੂ ਉਸਦੇ ਪੰਜੇ ਕਾਮ ਆਦਿਕ ਵੈਰੀ ਕਾਬੂ ਵਿੱਚ ਕਰ ਦਿੰਦਾ ਹੈ ਤੇ ਦੁਖਦਾਈ ਕਾਲ ਦਾ ਕੰਡਾ ਦੂਰ ਕਰ ਦਿੰਦਾ ਹੈ ਅਥਵਾ ਜਮਨ ਮਰਨ ਦਾ ਚੱਕਰ ਮਿਟਾ ਦਿੰਦਾ ਹੈ। ਤੁਰ ਕਰਮ ਪਾਇਆ ਤੁਦ ਜਿਨ ਕਹੋ ਫੇ ਨਾਮ ਹਰ ਕੇ ਲਾਗੇ, ਪਰ ਸਿਰਫ ਉਹੀ ਮਨੁੱਖ ਨਾਮ ਸਿਮਰਨ ਵਿੱਚ ਜੁੜਦੇ ਹਨ
ਜਿਨ੍ਹਾਂ ਦੇ ਭਾਗਾਂ ਵਿੱਚ ਤੂੰ ਤੁਰ ਤੋਂ ਹੀ ਆਪਣੀ ਮਿਹਰ ਨਾਲ ਸਿਮਰਨ ਦਾ ਲੇਖ ਲਿਖ ਕੇ ਰੱਖ ਦਿੱਤਾ ਹੈ। ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਦ ਵਾਜੇ। ਆਖ ਨਾਨਕ ਉਸ ਹਿਰਦੇ ਘਰ ਵਿੱਚ ਸੁਖ ਮਿਲਦਾ ਹੈ ਅਤੇ ਅਨਦ ਵਾਜੇ ਵੱਜਦੇ ਹਨ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਸਤਿਗੁਰ ਜੀ ਦੀ ਸੇਵਾ ਬਹੁਤ ਸੁਖਦਾਈ ਹੈ, ਜਿਸ ਤੋਂ ਸਾਰੇ ਮਨ ਇੱਛਤ ਫਲ ਮਿਲ ਜਾਂਦੇ ਹਨ। ਜਤ ਸਤ ਤਪ ਪਵਿੱਤ ਸਰੀਰਾ, ਹਰ ਹਰ ਮਨ ਵਸਾਏ। ਜਤ ਸਤ ਤੇ ਭਗਤੀ ਧਾਰਨ ਕਰਕੇ ਉਸਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਅਤੇ ਨਾਮ ਮਨ ਵਿੱਚ ਵਸ ਜਾਂਦਾ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਮਿਰ ਪ੍ਰੀਤਮ ਸੁਖ ਪਾਏ। ਐਸਾ ਪੁਰਸ਼ ਹਮੇਸ਼ਾ ਦਿਨ ਰਹਿਣ ਖੁਸ਼ ਰਹਿੰਦਾ ਹੈ ਅਤੇ ਪਿਆਰੇ ਨੂੰ ਮਿਲ ਕੇ ਸੁਖ ਪਾਉਂਦਾ ਹੈ। ਜਤ ਸਤ ਸੰਜਮ ਨਾਮ ਹੈ, ਵਿਨ ਨਾਵੇ ਨਿਰਮਲ ਨਾ ਹੋਏ। ਜਤ ਸੱਚਾਈ ਤੇ ਸੰਜਮ ਵਾਹਿਗੁਰੂ ਦੇ ਨਾਮ ਵਿੱਚ ਹਨ। ਨਾਮ ਦੇ ਬਗੈਰ ਇਨਸਾਨ ਪਵਿੱਤਰ ਨਹੀਂ ਹੋ ਸਕਦਾ ਹੈ। ਪੂਰੇ ਭਾਗ ਨਾਮ ਮਨ ਵਸੈ, ਸ਼ਬਦ ਮਿਲਾਵਾ ਹੋਏ। ਪੂਰੇ ਭਾਗਾਂ ਕਰਕੇ ਨਾਮ ਮਨ ਵਿੱਚ ਵਸਦਾ ਹੈ ਅਤੇ ਮਾਲਕ ਮਿਲ ਪੈਂਦਾ ਹੈ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਇਹ ਨਾਨਕ ਸਹਿਜ ਨਾਲ ਹੀ ਪ੍ਰੀਤ ਦਾ ਰੰਗ ਚੜ੍ਹਦਾ ਹੈ ਅਤੇ ਉਹ ਪ੍ਰਭੂ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ। ਅਗਲਾ ਫਰਮਾਨ, ਜਤ ਸਤ ਸੰਜਮ ਸੀਲ ਨ ਰਾਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਪਇਆ। ਹੇ ਜੀਵ, ਤੂੰ ਜਤ ਨਹੀਂ ਧਾਰਨ ਕੀਤਾ, ਤੂੰ ਚਾਰ ਚਰ ਨਹੀਂ ਬਣਾਇਆ, ਤੂੰ ਸੰਜਮ ਨਹੀਂ ਰੱਖਿਆ, ਤੂੰ ਮਿੱਠਾ ਸੁਭਾਅ ਨਹੀਂ ਬਣਾਇਆ। ਇਹਨਾਂ ਵਿਕਾਰਾਂ ਦੇ ਕਾਰਨ ਅਪਵਿੱਤਰ ਹੋਏ ਸਰੀਰ ਪਿੰਜਰ ਵਿੱਚ ਤੇਰਾ ਦਿਲ ਲੱਕੜ ਵਰਗਾ ਸੁੱਕਾ ਹੋ ਚੁੱਕਾ ਹੈ। ਪੁੰਨ ਦਾਨ ਇਸਨਾਨ ਨ ਸੰਜਮ, ਸਾਧ ਸੰਗਤ ਬਿਨ ਬਾਦ ਜਾਇਆ। ਤੂੰ ਪੁੰਨ ਦਾਨ ਨਹੀਂ ਕੀਤਾ, ਸਵੱਛਤਾ ਨਹੀਂ ਰੱਖੀ ਅਤੇ ਨਾ ਹੀ ਸੰਜਮ ਦੀ ਪਾਲਣਾ ਕੀਤੀ ਹੈ। ਸਾਧ ਸੰਗਤ ਤੋਂ ਵਾਂਝਿਆ ਰਹਿ ਕੇ ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ। ਅਗਲਾ ਫਰਮਾਨ, ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਜੋ ਆਪਣੇ 10 ਇੰਦਰੀਆਂ ਨੂੰ ਵਸ ਵਿੱਚ ਰੱਖ ਕੇ ਕਾਮਾਂ ਦੇ 5 ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ। ਨਾਨਕ ਕੋਟ ਮਦੇ ਕੋ ਐਸਾ ਪਰਸ, ਹੇ ਨਾਨਕ ਕਰੋੜਾਂ ਵਿੱਚ ਇਹੋ ਜਿਹਾ ਕੋਈ ਵਿਰਲਾ ਬੰਦਾ ਅਪਰਸ ਕਿਹਾ ਜਾ ਸਕਦਾ ਹੈ। ਸੋ ਪੁਲਚੁਕ ਦੀ ਖਿਮਾ, ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।